ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਅਪਰਾਧਿਕ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਬਲਾਚੌਰ ਬਾਈਪਾਸ ਗੜੀ ਕਾਨਗੋ ਵਿਖੇ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਪੁਲਿਸ ਵੱਲੋਂ ਵਹੀਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ DSP ਬਲਾਚੌਰ ਸ਼ਾਮ ਸੁੰਦਰ ਅਤੇ ਬਲਾਚੌਰ ਪੁਲਿਸ ਪਾਰਟੀ ਵੀ ਨਾਕਾਬੰਦੀ ਦੌਰਾਨ ਹਾਜ਼ਰ ਸੀ। ਇਹ 5 ਤੋਂ 9 ਵਜੇ ਤੱਕ ਜਿਹੜੀ ਪੂਰੀ ਸਟ੍ਰਿਕਟ ਚੈਕਿੰਗ ਕੀਤੀ ਜਾਏਗੀ। ਇਹਦੇ ਵਿੱਚ ਅਸੀਂ ਜਿਹੜੀ ਵਾਹਨ ਐਪ ਹੈ ਅਤੇ ਪਾਇਸ ਐਪ ਉਹਦਾ ਵੀ ਇਸਤੇਮਾਲ ਕਰ ਰਹੇ ਹੈਗੇ। ਕੱਲ੍ਹ ਰਾਤੀ ਵੀ ਇਸੇ ਤਰ੍ਹਾਂ ਅਸੀਂ ਨਾਕਾਬੰਦੀ ਕੀਤੀ ਗਈ ਸੀ, 12 ਤੋਂ 1 ਵਜੇ ਤੱਕ, 12 ਤੋਂ 2 ਵਜੇ ਤੱਕ ਨਾਈਟ ਡੋਮੀਨੇਸ਼ਨ ਕੀਤੀ ਗਈ ਸੀ। ਉਹਦੇ ਵਿੱਚ ਕਾਫੀ ਬੰਦੇ ਵੀ ਰਾਊਂਡ ਅਪ ਕੀਤੇ, ਵੈਰੀਫਾਈ ਵੀ ਕੀਤਾ ਗਿਆ ਅਤੇ ਕੁਝ ਪ੍ਰੀਵੈਂਟਿਵ ਐਕਸ਼ਨ ਵੀ ਲਏ ਗਏ। ਇਹ ਜਿਹੜਾ ਹੁਣ ਕਿਉਂਕਿ ਇਲੈਕਸ਼ਨ ਦਾ ਦੌਰ ਹੈਗਾ, ਇਹ ਇਸੇ ਤਰ੍ਹਾਂ ਜਿਹੜੀ ਚੈਕਿੰਗ ਅਸੀਂ ਟਾਈਮ ਟੂ ਟਾਈਮ ਕਰਦੇ ਰਹਾਂਗੇ ਅਤੇ ਇਹ ਜਿਹੜੇ ਕੋਈ ਗਲਤ ਅਨਸਰ ਹੈਗੇ ਜਾਂ ਕੋਈ ਇਸ ਤਰ੍ਹਾਂ ਦਾ ਸਮਾਨ ਜੋ ਕਿ ਇਤਰਾਜ਼ਯੋਗ ਹੈਗਾ ਉਹਨੂੰ ਲੈ ਕੇ ਜਾ ਰਹੇ, ਉਹਨਾਂ 'ਤੇ ਜਿਹੜੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਸਰ, ਜਿਵੇਂ ਬਾਹਰ ਨਾਕੇ ਲੱਗ ਰਹੇ ਹੈਗੇ ਸ਼ਹਿਰ ਦੇ ਵਿੱਚ ਵੀ, ਸਰ ਲੋਕਾਂ ਦੇ ਵਿੱਚ ਇੱਕ ਵਧੀਆ ਸੰਦੇਸ਼ ਬਣਾਉਣ ਨੂੰ ਫਲੈਗ ਮਾਰਚ ਵਗੈਰਾ ਤਾਂ ਨਿਕਲਦੇ ਰਹਿੰਦੇ ਆ, ਚੈਕਿੰਗ ਵਗੈਰਾ ਸ਼ਹਿਰਾਂ 'ਚ ਵੀ ਸ਼ੁਰੂ ਕਰੂੰਗੇ ਜੀ? ਬਿਲਕੁਲ ਜੀ, ਬਿਲਕੁਲ, ਜਿਵੇਂ ਅੱਜ ਵੀ ਇਸ ਦੇ ਨਾਲ ਨਾਲ ਜਿਵੇਂ ਇਹ ਬਿਲਕੁਲ ਹਾਈਵੇ ਦੇ ਉੱਤੇ ਨਾਕਾ ਹੈਗਾ ਅਤੇ ਇਸ ਤੋਂ ਇਲਾਵਾ ਅਸੀਂ ਆਪਣੀ ਬੰਗਾ ਸਬ ਡਿਵੀਜ਼ਨ ਅਤੇ ਨਵਾਂ ਸ਼ਹਿਰ ਸਬ ਡਿਵੀਜ਼ਨ ਦੇ ਵਿੱਚ ਵੀ ਜਿਹੜਾ ਸ਼ਹਿਰਾਂ ਦੇ ਵਿੱਚ ਵੀ ਨਾਕੇ ਲਗਾਏ ਹੋਏ ਆ। ਇਸ ਟਾਈਮ ਸਾਡੇ ਟੋਟਲ ਪੂਰੇ ਡਿਸਟ੍ਰਿਕਟ ਦੇ ਵਿੱਚ 15 ਜਗ੍ਹਾ 'ਤੇ ਨਾਕੇ ਲੱਗੇ ਹੋਏ।